ਚੰਡੀਗੜ੍ਹ ਦੇ ਕਾਂਗਰਸ ਪ੍ਰਧਾਨ ਨੂੰ ਪਿਛਲੇ ਦਿਨੀ ਧਮਕੀ ਆਉਣ ਤੋਂ ਬਾਅਦ ਜਦੋਂ ਪੁਲਿਸ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਤਾਂ ਮਸਲਾ ਜਿਹੜਾ ਸੀ ਪੂਰਾ ਹਾਈਕੋਰਟ ਪਹੁੰਚਿਆ, ਤਾਂ ਹਾਈਕੋਰਟ ਨੇ ਸਿਕਿਉਰਿਟੀ ਦੇ ਨਾਲ ਕੀ ਹੋਰ ਮੁੱਦੇ ਰੱਖੇ ਨੇ ਜਾਂ ਫਿਰ ਕਿਸ ਤਰੀਕੇ ਦੇ ਜਵਾਬ ਮਿਲੇ ਨੇ? ਸਾਡੇ ਨਾਲ ਐਡਵੋਕੇਟ ਕਰਨਵੀਰ ਸਿੰਘ ਨੇ ਗੱਲਬਾਤ ਕਰਦੇ ਹਾਂ। ਕਰਨ ਜੀ, ਖਾਸ ਮੁੱਦੇ ਕੀ ਰਹੇ ਹੈ, ਕੀ ਕਿਸ ਬਾਬਤ ਜਿਹੜੇ ਸਿਕਿਉਰਿਟੀ ਲੋਟ ਹੋਈ ਔਰ ਮੁੱਦੇ ਕੀ ਸੀਗੇ? ਪਿਛਲੀ ਧਮਕੀਆਂ ਵੀ ਮਿਲੀਆਂ ਸੀਗੀਆਂ ਸੁਣਨ 'ਚ ਆਇਆ। ਦੇਖੀਏ ਜੀ, ਜਿਹੜਾ ਇਹ ਮੁੱਦਾ ਹੈ, ਕਾਂਗਰਸ ਦੇ ਜਿਹੜੇ ਪ੍ਰਧਾਨ ਹੈ ਹਰਮਿੰਦਰ ਸਿੰਘ ਲੱਕੀ ਜੀ, ਉਹਨਾਂ ਨੂੰ ਪਿਛਲੇ ਕਈ ਦਿਨਾਂ ਤੋਂ ਪਾਕਿਸਤਾਨੀ ਨੰਬਰਾਂ 'ਚੋਂ ਧਮਕੀਆਂ ਆ ਰਹੀਆਂ ਸੀਗੀਆਂ ਅਤੇ ਪਾਕਿਸਤਾਨੀ ਨੰਬਰਾਂ 'ਚੋਂ ਧਮਕੀ 'ਚ ਉਹਨਾਂ ਦਾ ਨਾਮ ਲੈ ਕੇ ਕਿਹਾ ਜਾ ਰਿਹਾ ਸੀ, ਲੱਕੀ ਤੇਰਾ ਕਰ ਦਾਂਗੇ ਇਲਾਜ, ਇਹ ਕਰ ਦਾਂਗੇ, ਉਹ ਕਰ ਦਾਂਗੇ, ਤੇਰੇ ਪੁੱਤਰ ਨੂੰ ਚੱਕ ਲਾਂਗੇ, ਅਤੇ ਐਵੇਂ ਜੀ ਉਹਨਾਂ ਨੂੰ ਧਮਕੀਆਂ ਆ ਰਿਹਾ ਸੀ। ਅਤੇ ਉਹਨਾਂ ਨੇ ਫਿਰ ਇਹ ਜਿਹੜੀ ਮਾਮਲਾ ਸੀਗਾ, ਇਹ ਉਹਨਾਂ ਨੇ SSP ਚੰਡੀਗੜ੍ਹ, SHO ਸੈਕਟਰ 3 ਥਾਣਾ ਚੰਡੀਗੜ੍ਹ ਅਤੇ SSP ਮੋਹਾਲੀ ਨੂੰ ਇੱਕ ਰੈਪ੍ਰਜੈਂਟੇਸ਼ਨ ਕੰਪਲੇਂਟ ਦਿੱਤੀ, ਬਟ ਕੰਪਲੇਂਟ 'ਤੇ ਅੱਜ ਤੱਕ ਜੀ ਕੋਈ ਐਕਸ਼ਨ ਨਹੀਂ ਲਿੱਤਾ ਗਿਆ, ਕੋਈ ਸਿਕਿਉਰਿਟੀ ਨਹੀਂ ਦਿੱਤੀ ਗਈ। ਅਤੇ ਇਸ ਤੋਂ ਬਾਅਦ ਉਹਨਾਂ ਨੇ ਇੱਕ ਰਿਟ ਪਟੀਸ਼ਨ ਮੂਵ ਕੀਤੀ ਓਨਰੇਬਲ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ, ਅਤੇ ਓਨਰੇਬਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਅੱਜ ਉਹਨਾਂ ਨੂੰ ਸਮਝਦੇ ਹੋਏ ਕਿ ਉਹਨਾਂ 'ਤੇ ਇੱਕ ਥ੍ਰੈਟ ਪਰਸੈਪਸ਼ਨ ਹੈ, ਸਾਰੇ ਕੇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਅੱਜ ਉਹਨਾਂ ਨੂੰ ਇੱਕ ਗਨਮੈਨ ਪ੍ਰੋਵਾਈਡ ਕਰਤਾ ਹੈ ਅਤੇ ਉਹਨਾਂ ਨੂੰ ਪਰਸਨਲ ਸਿਕਿਉਰਿਟੀ ਅੱਜ ਪ੍ਰੋਵਾਈਡ ਕਰਤੀ ਹੈ ਜੀ। ਹੋਰ ਮਤਲਬ ਆਰਗੂਮੈਂਟਸ ਕੀ ਖਾਸ ਰਹੇ ਨੇ, ਕਿੰਨਾ ਕਿੰਨਾ ਨੂੰ ਪਾਰਟੀ ਬਣਾਇਆ ਗਿਆ ਅਤੇ ਵਿੱਚ ਖਾਸ ਤੌਰ ਦੇ ਉੱਪਰ ਕੀ ਜਵਾਬ ਹੋਇਆ ਸੀ ਅਦਾਲਤ ਵੱਲੋਂ? ਦੇਖੀਏ, ਪਾਰਟੀ ਅਸੀਂ ਯੂਨੀਅਨ ਆਫ ਇੰਡੀਆ ਚੰਡੀਗੜ੍ਹ ਨੂੰ, ਪੁਲਿਸ ਨੂੰ, SSP ਚੰਡੀਗੜ੍ਹ, SSP ਸਿਕਿਉਰਿਟੀ ਚੰਡੀਗੜ੍ਹ, SSP ਮੋਹਾਲੀ, ADGP ਪੰਜਾਬ, DGP ਪੰਜਾਬ, DGP ਚੰਡੀਗੜ੍ਹ, ਸਾਰੇ ਨੇ ਜਿਹੜੇ ਇੰਪੋਰਟੈਂਟ ਸਟੇਕ ਹੋਲਡਰ ਸੀ ਸਾਰਿਆਂ ਨੂੰ ਪਾਰਟੀ ਬਣਾਇਆ। ਅਤੇ ਸਾਡੀ ਮੇਨ ਆਰਗੂਮੈਂਟ ਇਹ ਸੀਗੀ ਕਿ ਜਿਹੜੇ ਜੀ ਲੱਕੀ ਜੀ ਨੇ ਉਹ ਇੱਕ ਇੰਪੋਰਟੈਂਟ ਪੋਜੀਸ਼ਨ ਦੇ ਬੰਦੇ ਨੇ, ਇੱਕ ਪ੍ਰੋਮੀਨੈਂਟ ਪੋਜੀਸ਼ਨ ਦੇ ਬੰਦੇ ਨੇ, ਅਤੇ ਉਹਨਾਂ ਨੂੰ ਜਿਹੜਾ ਜੀ ਥ੍ਰੈਟ ਪਰਸੈਪਸ਼ਨ ਆ ਰਿਹਾ ਹੈ ਅਤੇ ਉਹਦਾ ਜ਼ਿੰਮੇਦਾਰ ਕੌਣ ਹੋਊਗਾ? ਜੇ ਤਾਂ ਤੁਸੀਂ ਨਹੀਂ ਦਊਂਗੇ ਸਿਕਿਉਰਿਟੀ ਤਾਂ ਕੋਈ ਲੈਂਦਾ ਆਪਣੇ 'ਤੇ? ਕੋਈ ਰਿਸਪੋਂਸੀਬਿਲਟੀ ਲਏਗਾ? ਅਤੇ ਇਸ ਗੱਲ ਦੀ ਗੰਭੀਰਤਾ ਨੂੰ ਸਮਝਦੇ ਹੋਏ ਕਿ ਸਿੰਸ ਇਜ਼ ਹੈਲਡ ਵੈਰੀ ਇੰਪੋਰਟੈਂਟ ਪੋਜੀਸ਼ਨਸ, ਅਤੇ ਉਹਨਾਂ ਨੂੰ ਜੀ ਸਿਕਿਉਰਿਟੀ ਦਿੱਤੀ ਜਾਵੇ। ਹੋਰ ਇਹਦੇ ਬਾਰੇ ਤੁਹਾਡੇ ਤੋਂ ਪੁੱਛਦੇ ਹਾਂ ਵੀ ਸਰ, ਮੇਨ ਜਿਹੜੇ ਜਿਸ ਤਰੀਕੇ ਨਾਲ ਅੱਜ ਆਰਗੂਮੈਂਟਸ ਹੋਏ ਹਨ ਤਾਂ ਅਗਲੀ ਤਰੀਕ ਕਦੋਂ ਪਈ ਔਰ ਪਿਛਲੀ ਇਹਦੀ ਹਿਸਟਰੀ ਕੀ ਸੀਗੀ ਕੇਸ ਦੀ ਖਾਸ ਤੌਰ 'ਤੇ? ਜਦੋਂ ਹੁਣ ਸਾਰਿਆਂ ਨੂੰ ਪਤਾ ਕਿ ਜਿਹੜੀ ਸਿਚੁਏਸ਼ਨ ਸੀ ਇਲੈਕਸ਼ਨਸ ਦੀ, ਜਿਹੜੀ ਮੇਅਰ ਸੀਨੀਅਰ ਡਿਪਟੀ ਮੇਅਰ ਜਿਸ 'ਚ ਲੱਕੀ ਜੀ ਨੇ ਬਹੁਤ ਇੱਕ ਅਹਿਮ ਭੂਮਿਕਾ ਨਿਭਾਈ ਆਪਣੀ, ਹੈ ਨਾ, ਜਿਸ ਹਿਸਾਬ ਨਾਲ ਆਮ ਆਦਮੀ ਦਾ ਮੇਅਰ ਸੁਪਰੀਮ ਕੋਰਟ ਨੇ ਅਪੁਆਇੰਟ ਕੀਤਾ, ਉਸ ਦਿਨ ਵੀ ਉਹਨਾਂ ਨੂੰ ਇੱਕ ਧਮਕੀ ਵਾਲਾ ਫੋਨ ਆਇਆ ਸੀ, ਪਰ ਉਸ ਟਾਈਮ ਉਹਨਾਂ ਨੇ ਇੰਨਾ ਸੀਰੀਅਸਲੀ ਨਹੀਂ ਲਿੱਤਾ, ਪਰ ਜਦ ਉਸ ਤੋਂ ਬਾਅਦ ਵੀ ਕੰਟੀਨਿਊਸਲੀ ਉਹਨਾਂ ਨੂੰ ਫੋਨ ਆਈ ਗਏ, ਧਮਕੀਆਂ ਆਈ ਗਈਆਂ, ਫਿਰ ਇਹ ਰਿਟ ਪਟੀਸ਼ਨ ਮੂਵ ਕੀਤੀ। ਹੁਣ ਜਿਹੜੀ ਕਿ ਸਾਨੂੰ ਇੰਟੈਰੀਮ ਰਿਲੀਫ ਮਿਲਿਆ ਹੋਇਆ ਇਸ ਕੇਸ 'ਚ, ਅਤੇ ਜਿਹੜੀ ਨੈਕਸਟ ਡੇਟ ਹੈ ਉਹ ਹਾਈਕੋਰਟ 'ਚ 1 July ਹੈ, ਅਤੇ ਹਾਲੇ ਤੱਕ ਸਾਡੇ ਕੋਲ 1 PSO ਰਹੂਗਾ। ਇਹਦੇ ਵਿੱਚ ਕੋਈ ਗੱਲਬਾਤ ਹੋਈ ਹੈ ਵੀ ਧਮਕੀਆਂ ਆਉਂਦੀਆਂ ਕੌਣ ਸੀ, ਕੌਣ ਧਮਕੀਆਂ ਦਿੰਦਾ ਸੀਗਾ? ਸਰ, ਇਹ ਜਿਹੜਾ ਨੰਬਰ ਸੀ ਜਦ ਚੰਡੀਗੜ੍ਹ ਪੁਲਿਸ ਨੇ ਇਨਕੁਆਇਰੀ ਕੀਤੀ ਇਸ 'ਚ, ਇਹ ਨੰਬਰ ਪਾਕਿਸਤਾਨ ਤੋਂ ਆਇਆ ਸੀ ਅਤੇ ਉਸ ਦੇ ਉੱਪਰ ਲਿਖਿਆ ਆ ਰਹੀ ਸੀ ਜੈ ਬਲਕਾਰੀ, ਅਤੇ ਈਵਨ ਇਨ ਦਾ ਇਨਕੁਆਇਰੀ ਆਫ ਦਾ ਚੰਡੀਗੜ੍ਹ ਪੁਲਿਸ ਇਹ ਆਇਆ ਕਿ ਜਿਹੜਾ ਇਹ ਜੈ ਬਲਕਾਰੀ ਹੈ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਕਿਤੇ ਨਾ ਕਿਤੇ ਐਸੋਸੀਏਟਿਡ ਹੈ। ਸੋ ਲੁਕਿੰਗ ਇਨ ਟੂ ਦਾ ਗ੍ਰੀਵੀਅਸਨੈਸ ਆਫ ਦਿਸ ਮੈਟਰ, ਹਾਈਕੋਰਟ ਨੇ ਅੱਜ 1 ਗਨਮੈਨ ਅਲੋਟ ਕੀਤਾ। ਪੁਲਿਸ ਨੂੰ, ਚੰਡੀਗੜ੍ਹ ਪੁਲਿਸ ਨੂੰ ਜਾਂ ਫਿਰ ਪੰਜਾਬ ਪੁਲਿਸ ਨੂੰ ਕਿਸ ਤਰ੍ਹਾਂ ਦੀ ਕੋਈ ਝਾੜ ਪਈ ਹੈ ਇਸ ਕੇਸ ਦੇ ਵਿੱਚ? ਸਰ, ਚੰਡੀਗੜ੍ਹ ਪੁਲਿਸ ਨੇ ਅੱਜ ਕਿਹਾ ਸੀ ਕਿ ਅਸੀਂ ਪੈਟਰੋਲਿੰਗ ਕਰਾ ਰਹੇ ਹਾਂ, ਇਹ ਕਰਾ ਰਹੇ ਹਾਂ, ਬਟ ਦ ਥਿੰਗ ਇਜ਼ ਜਿਵੇਂ ਹੁਣ ਮੇਰੇ ਐਡਵੋਕੇਟ ਨੇ ਕਿਹਾ ਕਿ ਕੋਈ ਇਹਦੀ ਸਿਚੁਏਸ਼ਨ ਨੂੰ ਕੌਣ ਜ਼ਿੰਮੇਦਾਰ ਕੌਣ ਲਊਗਾ, ਐਂਡ ਕੋਰਟ ਨੇ ਕਿਹਾ ਇਜ਼ ਦਾ ਸਟੇਟ ਪੁਲਿਸ ਵੇਟਿੰਗ ਫੋਰ ਸਮਥਿੰਗ ਕਿ ਜਦ ਕੁਛ ਹੋਊਗਾ ਫਿਰ ਇਹ ਗਨਮੈਨ ਪ੍ਰੋਵਾਈਡ ਕਰੋਗੇ? ਅਤੇ ਸਾਰੀ ਸਿਚੁਏਸ਼ਨ ਨੂੰ ਦੇਖਦੇ ਹੋਏ ਅੱਜ ਇੱਕ ਗਨਮੈਨ ਪ੍ਰੋਵਾਈਡ ਕੀਤਾ, ਸਿਰਫ ਕੋਰਟ ਨੇ ਕਿਹਾ ਕਿ ਹਾਂ ਵੀ ਕਾਂਟ ਵੇਟ ਫੋਰ ਐਨੀਥਿੰਗ, ਹੀ ਇਜ਼ ਅ ਵੈਰੀ ਪ੍ਰੋਮੀਨੈਂਟ ਮੈਂਬਰ ਆਫ ਚੰਡੀਗੜ੍ਹ, ਠੀਕ ਹੈ ਨਾ, ਇੱਕ ਜਾਣੀ ਮਾਨੀ ਹਸਤੀ ਹੈ, ਅਤੇ ਗਨਮੈਨ ਦੇਣਾ ਚਾਹੀਦਾ, ਸਪੈਸ਼ਲੀ ਜਦ ਤੱਕ ਕਿ ਅੱਜ ਕੱਲ੍ਹ ਮਾਹੌਲ ਇੰਨਾ ਗੰਭੀਰ ਹੈ। ਹੁਣ ਅਸੀਂ ਦੇਖਿਆ ਹਰਿਆਣੇ 'ਚ ਕਿਆ ਬਣਿਆ ਇੱਕ ਲੀਡਰ ਨਾਲ, ਕਿਵੇਂ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦੀ ਗੱਡੀ 'ਚ, ਅਤੇ ਇਹ ਸਾਰੀ ਚੀਜ਼ਾਂ ਦੇਖਦੇ ਹੋਏ ਆਈ ਥਿੰਕ ਇੱਕ ਗਨਮੈਨ ਤਾਂ ਜ਼ਰੂਰੀ ਸੀ, ਅਤੇ ਆਹੀ ਚੀਜ਼ ਹਾਈਕੋਰਟ ਨੇ ਆਪਣੇ ਵਿਊ 'ਚ ਕਹੀ ਹੈ। ਬਿਲਕੁਲ, ਧੰਨਵਾਦ। ਤਾਂ HS ਲੱਕੀ ਜਿਹੜੇ ਨੇ ਕਾਂਗਰਸ ਦੇ ਪ੍ਰਧਾਨ ਵੀ ਨੇ, ਔਰ ਹੁਣ ਕੀ ਕੁਝ ਨਿਕਲ ਕੇ ਆਉਂਦਾ, ਕਿਉਂਕਿ ਪੁਲਿਸ ਅਜੇ ਵੀ ਜਾਂਚ ਪੜਤਾਲ ਕਰ ਰਹੀ ਹੈ, ਲੇਕਿਨ ਕੁਝ ਵੀ ਸਾਹਮਣੇ ਜਿਹੜਾ ਉਹ ਨਹੀਂ ਆਇਆ। ਕੈਮਰਾ ਪਰਸਨ ਸੁਮਿਤ ਦੇ ਨਾਲ ਮਨਜੋਤ ਕੰਗ, ਦੈਨਿਕ ਸਵੇਰਾ TV।
चंडीगढ़। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।